ਅੱਜ ਕਿਸਾਨ ਜਥੇਬੰਦੀਆਂ ਨੇ ਫਿਰ ਕਿਹਾ ਕਿ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਓਪਨ ਡਿਬੇਟ ਲਈ ਸੱਦਾ ਦਿੰਦੇ ਹਾਂ, ਅਤੇ ਮੈਂ ਇਹ ਸਮਝਦਾ ਕਿ ਉਹ ਤਾਂ ਪੋਲੀਟੀਕਲ ਪਾਰਟੀਆਂ ਦੀ ਆਪਣੀ ਇੱਛਾ 'ਤੇ ਹੁੰਦਾ, ਕੋਈ ਜ਼ਬਰਦਸਤੀ ਤਾਂ ਹੈ ਨਹੀਂ ਗਾ। ਪਰ ਬੀ ਜੇ ਪੀ ਦੀ ਇੱਕ ਅਲੱਗ ਪਰਿਸਥਿਤੀ ਹੈ, ਬੀ ਜੇ ਪੀ ਦਾ ਇਹ ਜਗ੍ਹਾ ਜਗ੍ਹਾ ਵਿਰੋਧ ਕਰਦੇ ਆ, ਵਿਰੋਧ ਕਰਨ ਦਾ ਅਧਿਕਾਰ ਹੈ ਡੈਮੋਕ੍ਰੇਸੀ 'ਚ, ਪਰ ਕਿਸੇ ਦਾ ਰਸਤਾ ਰੋਕਣ ਦਾ, ਕਿਸੇ 'ਤੇ ਹਮਲਾ ਕਰਨ ਦਾ ਅਧਿਕਾਰ ਨਹੀਂ ਹੈ। ਉਹ ਜ਼ਰੂਰ ਇਹਨਾਂ ਨੂੰ ਪਰਹੇਜ਼ ਕਰਨਾ ਚਾਹੀਦਾ, ਸਾਡੇ ਲਈ ਵੋਟਾਂ ਨਾ ਪਾਓ ਇਹਦੀ ਅਪੀਲ ਕਰ ਸਕਦੇ ਆ, ਪਰ ਦੇਸ਼ ਦਾ ਕਿਸਾਨ ਸਾਡੇ ਨਾਲ ਆ, ਮੈਂ ਫਿਰ ਕਹਿਣਾ, ਔਰ ਪੰਜਾਬ ਦਾ ਕਿਸਾਨ ਵੀ ਸਾਡੇ ਨਾਲ ਹੈ। ਇਹ ਕਿਸਾਨ ਜਥੇਬੰਦੀਆਂ ਦਾ ਕੰਮ ਆ ਜਿਹੜੀਆਂ ਸਿਆਸਤ ਤੋਂ ਪ੍ਰੇਰਿਤ ਗੱਲ ਕਰਦੀਆਂ ਨੇ। ਅਸੀਂ ਇਹਨਾਂ ਦੇ ਬਹੁਤ ਜਗ੍ਹਾ ਮੇਰੇ ਨਾਲ ਮਹਿਲ ਕਲਾਂ ਬੈਠੇ, ਉੱਥੇ ਮੈਂ ਇਹਨਾਂ ਦੇ 11 ਸਵਾਲਾਂ ਦੇ ਵੀ ਜਵਾਬ ਦਿੱਤੇ, ਸੈਟਿਸਫਾਈ ਵੀ ਹੋਏ, ਔਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਜਗ੍ਹਾ ਜਗ੍ਹਾ ਇਹੀ ਕੰਮ ਕਰਦੇ ਆ, ਔਰ ਫਿਰ ਕਿਹਾ ਕਿ ਅਸੀਂ ਤਾਂ ਮੋਦੀ ਜੀ ਦਾ ਵਿਰੋਧ ਕਰਨਾ, ਅਸੀਂ ਤਾਂ ਬੀਜੇਪੀ ਦਾ ਵਿਰੋਧ ਕਰਨਾ। ਬਈ ਵਿਰੋਧ ਕਰਨਾ ਕਰੋ, ਤੁਹਾਨੂੰ ਕੌਣ ਰੋਕਦਾ? ਪਰ ਤੁਸੀਂ, ਤੁਹਾਨੂੰ ਹਮਲਾ ਕਰਨ ਦਾ ਅਧਿਕਾਰ ਨਹੀਂ, ਕਿਸੇ ਦਾ ਰਸਤਾ ਰੋਕਣ ਦਾ ਅਧਿਕਾਰ ਨਹੀਂ। ਸਾਨੂੰ, ਅਸੀਂ ਪ੍ਰਚਾਰ ਕਰਦੇ ਹਾਂ ਡੈਮੋਕ੍ਰੇਸੀ, ਸਾਡਾ ਇਹ ਸੰਵਿਧਾਨਿਕ ਅਧਿਕਾਰ, ਸੰਵਿਧਾਨ 'ਤੇ ਹਮਲਾ ਹੋ ਰਿਹਾ ਇਹ। ਕੋਈ ਰਾਜਨੀਤਿਕ ਦਲ ਨਹੀਂ ਬੋਲ ਰਿਹਾ, ਬੜੇ ਖੁਸ਼ ਹੋ, ਕਹਿੰਦੇ ਪਿੰਡਾਂ 'ਚ ਨਹੀਂ ਵੜਨ ਦੇਣੇ, ਪਿੰਡਾਂ 'ਚ ਨਹੀਂ ਰਹੇ। ਅਸੀਂ ਪਿੰਡਾਂ ਦੇ ਰਹਿਣ ਵਾਲੇ ਹਾਂ, 26,000 ਬੂਥ ਨੇ ਪੰਜਾਬ ਦੇ, 19,000 ਬੂਥ ਬਣੇ ਹੋਏ ਆ, ਉਹ ਪਿੰਡਾਂ ਦੇ ਤਾਂ ਬਣੇ ਹੋਏ ਆ, ਪਿੰਡਾਂ 'ਚ ਹੀ ਰਹਿੰਦੇ ਆ ਸਾਡੇ ਲੋਕ, ਉਹਨਾਂ ਨੂੰ ਕਿੱਥੇ ਕੱਢੋਗੇ ਤੁਸੀਂ? ਤਾਂ ਮੈਂ ਸਮਝਦਾ ਇਹ ਬੜੀ ਮੰਦਭਾਗੀ ਗੱਲ ਆ, ਔਰ ਇਹ ਵਿਚਾਰ ਕਰਕੇ ਜਾਖੜ ਸਾਹਿਬ ਇਹਦੇ 'ਤੇ ਜ਼ਰੂਰ ਦੱਸ ਦੇਣਗੇ ਕਿ ਅਸੀਂ ਜਾਣਾ ਜਾਂ ਨਹੀਂ ਜਾਣਾ, ਅਤੇ ਸਾਡੇ ਸਮੂਹਿਕ ਫੈਸਲੇ ਹੁੰਦੇ ਆ, ਕੋਈ ਇੱਕ ਵਿਅਕਤੀ ਫੈਸਲਾ ਨਹੀਂ ਦਿੰਦਾ। ਔਰ ਮੈਂ ਇਹ ਸਮਝਦਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ, ਔਰ ਕਿਸਾਨ ਇੱਕ ਪਵਿੱਤਰ ਨਾਮ ਆ, ਇਸ ਪਵਿੱਤਰਤਾ ਨੂੰ ਆਪਣੇ ਮਨਸੂਬੇ ਸਾਧਨ, ਆਪਣੇ ਹਿੱਤ ਸਾਧਨ ਲਈ ਇਸਤੇਮਾਲ ਨਾ ਕਰੋ ਔਰ ਬਦਨਾਮ ਨਾ ਕਰੋ। ਮੈਂ ਇਹੀ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਾ, ਔਰ ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ, ਹੱਥ ਜੋੜ ਕੇ ਅਸੀਂ ਵੋਟਾਂ ਮੰਗਣੀਆਂ ਨੇ, ਸਭ ਤੋਂ ਤੁਹਾਡੇ ਤੋਂ ਵੀ ਮੰਗਣੀਆਂ ਨੇ। ਤੁਸੀਂ ਪਾਉਣੀਆਂ ਹੁਣ ਪਾ ਦੇਣਾ, ਨਹੀਂ ਪਾਉਣੀਆਂ ਹੁਣ ਨਾ ਪਾਉਣਾ, ਪਰ ਇੱਦਾਂ ਹਮਲੇ ਕਰਨਾ, ਰਸਤੇ ਰੋਕਣਾ, ਪੰਜਾਬ ਦਾ ਮਾਹੌਲ ਖਰਾਬ ਕਰਨਾ, ਪੰਜਾਬ ਦੀ ਜਵਾਨੀ ਨੂੰ ਅੱਗੇ ਸੰਤਾਪ ਭੁਗਤਣ ਲਈ ਤਿਆਰ ਕਰਨਾ, ਮੈਂ ਸਮਝਦਾ ਇਹ ਮੰਦਭਾਗੀ ਗੱਲ ਆ, ਔਰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ। ਕਿਸਾਨੀ ਹਿੱਤਾਂ ਨਾਲ ਵੀ ਖਿਲਵਾੜ ਕਰ ਰਹੇ ਆ, ਉਹ ਵੀ ਨਹੀਂ ਕਰਨਾ ਚਾਹੀਦਾ। ਅੱਜ ਕਿਸਾਨ ਜਥੇਬੰਦੀਆਂ ਨੇ ਫਿਰ ਕਿਹਾ ਕਿ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਓਪਨ ਡਿਬੇਟ ਲਈ ਸੱਦਾ ਦਿੰਦੇ ਹਾਂ, ਅਤੇ ਮੈਂ ਇਹ ਸਮਝਦਾ ਕਿ ਉਹ ਤਾਂ ਪੋਲੀਟੀਕਲ ਪਾਰਟੀਆਂ ਦੀ ਆਪਣੀ ਇੱਛਾ 'ਤੇ ਹੁੰਦਾ, ਕੋਈ ਜ਼ਬਰਦਸਤੀ ਤਾਂ ਹੈ ਨਹੀਂ ਗਾ। ਪਰ ਬੀ ਜੇ ਪੀ ਦੀ ਇੱਕ ਅਲੱਗ ਪਰਿਸਥਿਤੀ ਹੈ, ਬੀ ਜੇ ਪੀ ਦਾ ਇਹ ਜਗ੍ਹਾ ਜਗ੍ਹਾ ਵਿਰੋਧ ਕਰਦੇ ਆ, ਵਿਰੋਧ ਕਰਨ ਦਾ ਅਧਿਕਾਰ ਹੈ ਡੈਮੋਕ੍ਰੇਸੀ 'ਚ, ਪਰ ਕਿਸੇ ਦਾ ਰਸਤਾ ਰੋਕਣ ਦਾ, ਕਿਸੇ 'ਤੇ ਹਮਲਾ ਕਰਨ ਦਾ ਅਧਿਕਾਰ ਨਹੀਂ ਹੈ। ਉਹ ਜ਼ਰੂਰ ਇਹਨਾਂ ਨੂੰ ਪਰਹੇਜ਼ ਕਰਨਾ ਚਾਹੀਦਾ, ਸਾਡੇ ਲਈ ਵੋਟਾਂ ਨਾ ਪਾਓ ਇਹਦੀ ਅਪੀਲ ਕਰ ਸਕਦੇ ਆ, ਪਰ ਦੇਸ਼ ਦਾ ਕਿਸਾਨ ਸਾਡੇ ਨਾਲ ਆ, ਮੈਂ ਫਿਰ ਕਹਿਣਾ, ਔਰ ਪੰਜਾਬ ਦਾ ਕਿਸਾਨ ਵੀ ਸਾਡੇ ਨਾਲ ਹੈ। ਇਹ ਕਿਸਾਨ ਜਥੇਬੰਦੀਆਂ ਦਾ ਕੰਮ ਆ ਜਿਹੜੀਆਂ ਸਿਆਸਤ ਤੋਂ ਪ੍ਰੇਰਿਤ ਗੱਲ ਕਰਦੀਆਂ ਨੇ। ਅਸੀਂ ਇਹਨਾਂ ਦੇ ਬਹੁਤ ਜਗ੍ਹਾ ਮੇਰੇ ਨਾਲ ਮਹਿਲ ਕਲਾਂ ਬੈਠੇ, ਉੱਥੇ ਮੈਂ ਇਹਨਾਂ ਦੇ 11 ਸਵਾਲਾਂ ਦੇ ਵੀ ਜਵਾਬ ਦਿੱਤੇ, ਸੈਟਿਸਫਾਈ ਵੀ ਹੋਏ, ਔਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਜਗ੍ਹਾ ਜਗ੍ਹਾ ਇਹੀ ਕੰਮ ਕਰਦੇ ਆ, ਔਰ ਫਿਰ ਕਿਹਾ ਕਿ ਅਸੀਂ ਤਾਂ ਮੋਦੀ ਜੀ ਦਾ ਵਿਰੋਧ ਕਰਨਾ, ਅਸੀਂ ਤਾਂ ਬੀਜੇਪੀ ਦਾ ਵਿਰੋਧ ਕਰਨਾ। ਬਈ ਵਿਰੋਧ ਕਰਨਾ ਕਰੋ, ਤੁਹਾਨੂੰ ਕੌਣ ਰੋਕਦਾ? ਪਰ ਤੁਸੀਂ, ਤੁਹਾਨੂੰ ਹਮਲਾ ਕਰਨ ਦਾ ਅਧਿਕਾਰ ਨਹੀਂ, ਕਿਸੇ ਦਾ ਰਸਤਾ ਰੋਕਣ ਦਾ ਅਧਿਕਾਰ ਨਹੀਂ। ਸਾਨੂੰ, ਅਸੀਂ ਪ੍ਰਚਾਰ ਕਰਦੇ ਹਾਂ ਡੈਮੋਕ੍ਰੇਸੀ, ਸਾਡਾ ਇਹ ਸੰਵਿਧਾਨਿਕ ਅਧਿਕਾਰ, ਸੰਵਿਧਾਨ 'ਤੇ ਹਮਲਾ ਹੋ ਰਿਹਾ ਇਹ। ਕੋਈ ਰਾਜਨੀਤਿਕ ਦਲ ਨਹੀਂ ਬੋਲ ਰਿਹਾ, ਬੜੇ ਖੁਸ਼ ਹੋ, ਕਹਿੰਦੇ ਪਿੰਡਾਂ 'ਚ ਨਹੀਂ ਵੜਨ ਦੇਣੇ, ਪਿੰਡਾਂ 'ਚ ਨਹੀਂ ਰਹੇ। ਅਸੀਂ ਪਿੰਡਾਂ ਦੇ ਰਹਿਣ ਵਾਲੇ ਹਾਂ, 26,000 ਬੂਥ ਨੇ ਪੰਜਾਬ ਦੇ, 19,000 ਬੂਥ ਬਣੇ ਹੋਏ ਆ, ਉਹ ਪਿੰਡਾਂ ਦੇ ਤਾਂ ਬਣੇ ਹੋਏ ਆ, ਪਿੰਡਾਂ 'ਚ ਰਹਿੰਦੇ ਆ ਸਾਡੇ ਲੋਕ, ਉਹਨਾਂ ਨੂੰ ਕਿੱਥੇ ਕੱਢੋਗੇ ਤੁਸੀਂ? ਤਾਂ ਮੈਂ ਸਮਝਦਾ ਇਹ ਬੜੀ ਮੰਦਭਾਗੀ ਗੱਲ ਆ, ਔਰ ਇਹ ਵਿਚਾਰ ਕਰਕੇ ਜਾਖੜ ਸਾਹਿਬ ਇਹਦੇ 'ਤੇ ਜ਼ਰੂਰ ਦੱਸ ਦੇਣਗੇ ਕਿ ਅਸੀਂ ਜਾਣਾ ਜਾਂ ਨਹੀਂ ਜਾਣਾ, ਅਤੇ ਸਾਡੇ ਸਮੂਹਿਕ ਫੈਸਲੇ ਹੁੰਦੇ ਆ, ਕੋਈ ਇੱਕ ਵਿਅਕਤੀ ਫੈਸਲਾ ਨਹੀਂ ਦਿੰਦਾ।
ਔਰ ਮੈਂ ਇਹ ਸਮਝਦਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ ਔਰ ਕਿਸਾਨ ਇੱਕ ਪਵਿੱਤਰ ਨਾਮ ਆ, ਇਸ ਪਵਿੱਤਰਤਾ ਨੂੰ ਆਪਣੇ ਮਨਸੂਬੇ ਸਾਧਨ ਆਪਣੇ ਹਿੱਤ ਸਾਧਨ ਲਈ ਇਸਤੇਮਾਲ ਨਾ ਕਰੋ ਔਰ ਬਦਨਾਮ ਨਾ ਕਰੋ। ਮੈਂ ਇਹੀ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਾ ਔਰ ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ, ਹੱਥ ਜੋੜ ਕੇ ਅਸੀਂ ਵੋਟਾਂ ਮੰਗਣੀਆਂ ਨੇ, ਸਭ ਤੋਂ ਤੁਹਾਡੇ ਤੋਂ ਵੀ ਮੰਗਣੀਆਂ ਨੇ, ਤੁਸੀਂ ਪਾਉਣੀਆਂ ਹੁਣ ਪਾ ਦੇਣਾ, ਨਹੀਂ ਪਾਉਣੀਆਂ ਹੁਣ ਨਾ ਪਾਉਣਾ, ਪਰ ਇੱਦਾਂ ਹਮਲੇ ਕਰਨਾ, ਰਸਤੇ ਰੋਕਣਾ, ਪੰਜਾਬ ਦਾ ਮਾਹੌਲ ਖਰਾਬ ਕਰਨਾ, ਪੰਜਾਬ ਦੀ ਜਵਾਨੀ ਨੂੰ ਅੱਗੇ ਸੰਤਾਪ ਭੁਗਤਣ ਲਈ ਤਿਆਰ ਕਰਨਾ, ਮੈਂ ਸਮਝਦਾ ਇਹ ਮੰਦਭਾਗੀ ਗੱਲ ਆ ਔਰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ। ਕਿਸਾਨੀ ਹਿੱਤਾਂ ਨਾਲ ਵੀ ਖਿਲਵਾੜ ਕਰ ਰਹੇ ਆ, ਉਹ ਵੀ ਨਹੀਂ ਕਰਨਾ ਚਾਹੀਦਾ।